ਨਮਸਕਾਰ ਦੋਸਤੋ, ਆਪ ਵੇਖ ਰਹੇ ਹੋ ਜੀ ਐਚ ਨਿਊਜ਼ ਇੰਡੀਆ। ਜੀ ਹਾਂ, ਜਿੱਥੇ ਪੰਜਾਬ ਸਰਕਾਰ ਵੱਲੋਂ ਖੇਡਾਂ ਨੂੰ ਪ੍ਰਫੁੱਲਤ ਕਰਨ ਵਾਸਤੇ ਵੱਖ ਵੱਖ ਖਿਡਾਰੀਆਂ ਨੂੰ ਜਿਹੜਾ ਵਾ ਉਹ ਉਤਸ਼ਾਹ ਕੀਤਾ ਜਾਂਦਾ ਵਾ, ਔਰ ਅੱਜ ਫਤਿਹਗੜ੍ਹ ਚੂੜੀਆਂ ਦੇ ਪਿੰਡ ਹਰਸੀਆਂ ਦੇ ਟੂਰਨਾਮੈਂਟ ਜਿਹੜਾ ਫੁੱਟਬਾਲ ਮੈਚ ਜਿਹੜਾ ਕਰਵਾਇਆ ਜਾ ਰਿਹਾ, ਜਿਸ ਦੇ ਵਿੱਚ ਸਾਡੇ ਨਾਲ ਦਸ਼ਮੇਸ਼ ਕਲੱਬ ਸਪੋਰਟਸ ਦੇ ਜਿਹੜੇ ਮੁਖੀ ਨੇ ਉਹ ਸਾਡੇ ਨਾਲ ਮੌਜੂਦ ਨੇ, ਉਹਨਾਂ ਨਾਲ ਵੀ ਗੱਲਬਾਤ ਕਰ ਲੈਂਦੇ ਹਾਂ ਜੀ। ਇਹ ਆਪਣਾ ਸ਼ੁਭ ਨਾਮ ਜੀ? ਮੇਰਾ ਨਾਮ ਕਮਰਵੀਰ ਸਿੰਘ। ਇਹ ਜਿਹੜਾ ਪਿੰਡ ਹਰਸੀਆਂ ਦੇ ਮੈਚ ਚਾਰ ਦਿਨਾਂ ਟੂਰਨਾਮੈਂਟ ਕਰਵਾਇਆ ਦਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਜਾ ਰਿਹਾ ਵਾ, ਸੋ ਇਸ ਮੈਚ ਕਿੱਥੋਂ ਕਿੱਥੋਂ ਖਿਡਾਰੀ ਜਿਹੜੇ ਆਏ ਨੇ? ਇਹ ਭਾਈ ਇਹ ਦੂਸਰਾ 7-a-side ਫੁੱਟਬਾਲ ਟੂਰਨਾਮੈਂਟ ਆ ਪਿੰਡ ਹਰਸੀਆਂ ਦੀ ਗਰਾਊਂਡ ਵਿੱਚ। ਇਹਦੇ ਵਿੱਚ ਗੁਰਦਾਸਪੁਰ ਤੋਂ ਇਲਾਵਾ ਅੰਮ੍ਰਿਤਸਰ ਜ਼ਿਲ੍ਹਾ ਉਹਨਾਂ ਦੀਆਂ ਟੀਮਾਂ ਪਾਰਟੀਸਪੇਟ ਕਰੀਆਂ, ਟੋਟਲ 32 ਟੀਮਾਂ ਪਾਰਟੀਸਪੇਟ ਕਰ। ਟੂਰਨਾਮੈਂਟ ਕਰਵਾਇਆ ਜਾ ਰਿਹਾ ਵਾ, ਇਹ ਟੂਰਨਾਮੈਂਟ ਦੇ ਵਿੱਚ ਇਹ ਪੈਸੇ ਜਿਹੜੇ ਨੇ ਮਤਲਬ ਵਿੱਤੀ ਸਹਾਇਤਾ ਜਿਹਨੂੰ ਕਹੀਏ ਇਹ ਕਲੱਬ ਵੱਲੋਂ ਦਿੱਤੀ ਜਾਂਦੀ ਆ, ਕਿਹੜੇ ਕਲੱਬ ਦਾ ਨਾਂ ਕੀ ਆ ਉਹਦੇ ਬਾਰੇ ਥੋੜ੍ਹਾ ਜਿਹਾ ਦੱਸੋ ਜੀ। ਸਰ, ਸਾਡੀ ਕਲੱਬ ਦਾ ਨਾਮ ਆ ਦਸ਼ਮੇਸ਼ ਸਪੋਰਟਸ ਕਲੱਬ ਹਰਸੀਆਂ। ਇਹ ਕੋਈ 30 ਸਾਲ ਤੋਂ ਕੰਮ ਕਰ ਰਹੀ ਹੈ, ਬਟ ਜਿੰਨਾ ਵੀ ਪੈਸਾ ਆ ਰਿਹਾ ਵਾ ਇਹ ਇਸ ਟੂਰਨਾਮੈਂਟ ਦੇ ਵਿੱਚ ਸਾਰਾ NRA ਵੀਰਾਂ ਦਾ ਪੈਸਾ ਲੱਗ ਰਿਹਾ, ਪਲੱਸ ਪਿੰਡ ਦਾ ਸਹਿਯੋਗ ਆ, ਨਗਰ ਪੰਚਾਇਤ ਸਰਪੰਚ ਜਤਿੰਦਰਪਾਲ ਸਿੰਘ ਜੋਤੀ ਅਤੇ ਪਿੰਡ ਵਾਸੀਆਂ ਦਾ ਸਹਿਯੋਗ ਉਹਦੇ ਦੁਆਰਾ ਕੀਤਾ ਜਾ ਰਿਹਾ। ਕਿੰਨਵਾਂ ਟੂਰਨਾਮੈਂਟ ਜਿਹੜਾ ਕਰਵਾਇਆ ਜਾ ਰਿਹਾ? ਇਹ ਦੂਸਰਾ 7-a-side ਫੁੱਟਬਾਲ ਟੂਰਨਾਮੈਂਟ ਆ, ਇਸ ਤੋਂ ਇਲਾਵਾ ਅਸੀਂ 11-a-side ਟੂਰਨਾਮੈਂਟ ਵੱਖਰਾ ਕਰਵਾਉਂਦੇ ਹਾਂ, ਬਟ ਇਹ ਕੀ ਹੈ 7-a-side ਕਰਵਾ ਰਹੇ ਹਾਂ ਜਿਹਦੇ ਵਿੱਚ 7 ਪਲੇਅਰ ਖੇਡਦੇ ਆ, ਇੱਕ ਟੀਮ ਵੱਲੋਂ 7 ਪਲੇਅਰ। ਨੌਜਵਾਨ ਜਿਹੜੇ ਤੁਸੀਂ ਕਲੱਬ ਬਾਰੇ ਜੋ ਤੁਸੀਂ ਜਿਹੜੀ ਮਤਲਬ ਇਹ ਕੋਈ 30 ਸਾਲ ਤੋਂ ਪਹਿਲਾਂ ਫੁੱਟਬਾਲ ਨਾਲ ਮੈਂ ਵੀ ਜੁੜਿਆ ਵਾਂ, ਸਾਰੇ ਏਰੀਏ 'ਚ ਉਹਦਾ ਨਾਮ ਹੀ ਆ, ਹਰਸੀਆਂ ਦਾ ਨਾਮ ਹੀ ਆ ਕਿ ਨਗਰ ਦਾ ਨਾਂ ਹੋਵੇ, ਪਲੇਅਰ ਨਿਕਲਣ, ਕੋਈ ਇੱਥੋਂ 2-4 ਪਲੇਅਰ ਵਧੀਆ ਬਣਨਗੇ ਅਤੇ ਉਹ ਆਉਣ ਵਾਲੇ ਸਮੇਂ 'ਚ ਕਿਤੇ ਵੱਖਰੇ ਵੱਖਰੇ ਡਿਪਾਰਟਮੈਂਟ ਜੋਬ ਕਰਨਗੇ, ਪਿੰਡ ਦਾ ਨਾਂ ਹੋਊਗਾ, ਤਰੱਕੀ ਹੋਊਗੀ, ਬਸ ਇਹੋ ਸੋਚ ਲਾ ਕੇ ਚੱਲੀ ਜਾਂਦੀ। ਇਹ ਦਲਦਲ ਵਿੱਚ ਜਿੱਥੇ ਨੌਜਵਾਨ ਫਸਦਾ ਜਾ ਰਿਹਾ ਉੱਥੇ ਹੀ ਇਹ ਪਿੰਡ ਦੇ ਕਲੱਬ ਪਿੰਡ ਹਰਸੀਆਂ ਦੀ ਕਲੱਬ ਵੱਲੋਂ ਜਿਹੜਾ ਬਹੁਤ ਵਧੀਆ ਉਪਰਾਲਾ ਜਿਹੜਾ ਕੀਤਾ ਜਾ ਰਿਹਾ, ਸੋ ਅਸੀਂ ਇਹਨਾਂ ਨੂੰ ਪੁੱਛਾਂਗੇ ਕਿ ਨੌਜਵਾਨਾਂ ਨੂੰ ਕੀ ਦੇਣਾ? ਸੰਦੇਸ਼ ਇਹੋ ਹੀ ਦੇਣਾ ਚਾਹੁੰਦੇ ਹਾਂ ਕਿ ਫੋਨ ਤੋਂ ਬਚਣਾ ਚਾਹੀਦਾ ਵਾ, ਜ਼ਿਆਦਾ ਤੋਂ ਜ਼ਿਆਦਾ ਨਸ਼ਿਆਂ ਤੋਂ ਦੂਰ ਰਹੋ, ਗਰਾਊਂਡ ਨਾਲ ਜੁੜੋ, ਸਰੀਰ ਰਿਸ਼ਟ ਪੁਸ਼ ਹੋਊਗਾ ਅਤੇ ਫਿਰ ਹੀ ਕੌਮ ਤਰੱਕੀ ਕਰਦੀ ਆ, ਸਰੀਰ ਰਿਸ਼ਟ ਪੁਸ਼ ਹੋਊਗਾ ਅਤੇ ਫਿਰ ਹੀ ਪਰਿਵਾਰ ਪਲਦੇ ਆ, ਅਤੇ ਇਸ ਲਈ ਖੇਡਾਂ ਸਭ ਤੋਂ ਜ਼ਿਆਦਾ ਜ਼ਰੂਰੀ ਆ। ਇੱਕ ਗੱਲ ਪੁੱਛਣਾ ਚਾਹੁੰਦੇ ਸਰ, ਇਹ ਚੀਫ ਗੈਸਟ ਜਿਹੜਾ ਉਹ ਇੱਥੇ ਵੇਖ ਰਹੇ ਹਾਂ ਅਸੀਂ, ਅੱਜ ਤੀਜਾ ਦੇਣਾ ਫੁੱਟਬਾਲ ਟੂਰਨਾਮੈਂਟ ਤੀਜਾ ਦੇਣਾ, ਚੀਫ ਗੈਸਟ ਨਹੀਂ ਕੋਈ ਮਤਲਬ ਦੇਣਾ, ਕੀ ਕਹਿਣਾ ਚਾਹੋਗੇ? ਇਹ ਸਰ ਜੀ, ਅੱਗੇ ਪਹਿਲਾਂ ਜਿਹੜਾ ਟੂਰਨਾਮੈਂਟ ਕਰਾਉਂਦੇ ਉੱਥੇ ਚੀਫ ਗੈਸਟ ਸੱਦੇ ਰਹੇ ਹਾਂ, ਪਰ ਉਹ ਐਡਾ ਕੋਈ ਸਾਨੂੰ ਮਜ਼ਾ ਨਹੀਂ ਆਉਂਦਾ, ਸਾਰਾ ਟੂਰਨਾਮੈਂਟ ਦਾ ਕੀ ਕਹਿੰਦੇ ਹੁੰਦੇ ਆ ਕਿ ਖਰਾਬ ਹੋ ਜਾਂਦਾ, ਕਿਸੇ ਨੂੰ ਸਰਕਾਰੀ ਬੰਦੇ ਨੂੰ ਸੱਦੇ ਹਾਂ ਫਿਰ ਉਹਦੀ ਆਓ ਭਗਤ ਲੱਗੇ ਰਹਿੰਦੇ ਹਾਂ, ਜਾਂ ਕੋਈ ਮੰਤਰੀ ਸੱਦੇ ਉਹਦੀ ਆਓ ਭਗਤ ਲੱਗੇ ਰਹਿੰਦੇ ਹਾਂ, ਟੂਰਨਾਮੈਂਟ ਵਾਲਾ ਸਾਡਾ ਧਿਆਨ ਹਟਦਾ, ਸਾਡਾ ਬੇਸਿਕ ਕੰਮ ਹੈ ਫੁੱਟਬਾਲ ਨੂੰ ਪ੍ਰਮੋਟ ਕਰਨਾ, ਇਸ ਲਈ ਫੁੱਟਬਾਲ 'ਤੇ ਫੋਕਸ ਕਰ ਰਹੇ ਹਾਂ, ਤਾਂ ਹੀ ਨਹੀਂ ਅਸੀਂ ਕਿਸੇ ਚੀਫ ਗੈਸਟ ਨੂੰ ਸੱਦੇ, ਆਪਣਾ ਪਿੰਡ ਵਾਲੇ ਪੰਚਵਤਨ 'ਤੇ ਸੱਜਣੀ ਸਿਆਣੇ ਹੈਗੇ ਉਹਨਾਂ ਨੂੰ ਹੀ ਅਸੀਂ ਪ੍ਰਮੋਟ ਕਰ ਰਹੇ ਹਾਂ। ਇਹ ਹਨ ਦਸ਼ਮੇਸ਼ ਸਪੋਰਟਸ ਕਲੱਬ ਦੇ ਮੁਖੀ ਪਿੰਡ ਹਰਸੀਆਂ ਤੋਂ, ਮਤਲਬ ਨੌਜਵਾਨਾਂ ਨੂੰ ਜਿਹੜਾ ਵਾ ਅਸੀਂ ਸਾਡੀ ਸੋਚ ਸੀਗੀ ਕਿ ਪਿੰਡ ਦੇ ਵਿੱਚੋਂ ਮਤਲਬ ਕਲੱਬ ਬਣਾਇਆ ਜਾਵੇ, ਕਲੱਬ ਬਣਾ ਕੇ ਖੇਡਾਂ ਵੱਲ ਜੇ ਨੌਜਵਾਨਾਂ ਨੂੰ ਉਤਸ਼ਾਹ ਕੀਤਾ ਜਾਵੇ। ਜੋ 4 ਦਿਨਾਂ ਫੁੱਟਬਾਲ ਟੂਰਨਾਮੈਂਟ ਕਰਵਾਇਆ ਜਾ ਰਿਹਾ ਤੁਹਾਡੇ ਪਿੰਡ ਵਿੱਚ, ਕੀ ਕਹਿਣਾ ਚਾਹੋਗੇ? ਮੈਂ ਜਤਿੰਦਰਪਾਲ ਸਿੰਘ ਜੋਤੀ, ਸਰਪੰਚ ਪਿੰਡ ਹਰਸੀਆਂ। ਸਾਡੇ ਪਿੰਡ ਦੂਸਰਾ 4 ਰੋਜ਼ਾ ਫੁੱਟਬਾਲ ਟੂਰਨਾਮੈਂਟ ਹੋ ਰਿਹਾ, ਜੋ ਕਿ NRA ਵੀਰਾਂ ਦੇ ਸਹਿਯੋਗ ਨਾਲ ਅਤੇ ਪਿੰਡ ਦੀ ਸਾਧ ਸੰਗਤ ਦੇ ਸਹਿਯੋਗ ਦੇ ਨਾਲ ਇਹ ਕਰਵਾਇਆ ਜਾ ਰਿਹਾ, ਜਿਹਦੇ ਵਿੱਚ 32 ਟੀਮਾਂ ਨੇ ਭਾਗ ਲਿਆ ਵਾ, ਜੋ ਵੱਖ ਵੱਖ ਪਿੰਡਾਂ ਤੋਂ ਆਈਆਂ ਨੇ, ਔਰ ਪਿੰਡ ਨੇ ਅਤੇ NRA ਵੀਰਾਂ ਨੇ ਬਹੁਤ ਹੀ ਕਲੱਬ ਦਾ ਸਾਥ ਦਿੱਤਾ ਔਰ ਬਹੁਤ ਸਹਿਯੋਗ ਕੀਤਾ। ਕਨਵਰਵੀਰ ਸਿੰਘ ਲਾਡੀ ਕੋਚ ਸਾਹਿਬ ਆ, ਉਹਨਾਂ ਦਾ ਸਾਰਿਆਂ ਨੇ ਸਾਥ ਦਿੱਤਾ, ਤੋ ਜੇ ਫੁੱਟਬਾਲ ਟੂਰਨਾਮੈਂਟ ਹੋ ਰਿਹਾ, ਇਹ ਟੂਰਨਾਮੈਂਟ ਦੇ ਨਾਲ ਇਹ ਸੰਦੇਸ਼ ਆ ਇਹ ਨਿਕਲਦਾ ਵਾ
ਵੀ ਜੋ ਆਉਣ ਵਾਲੀ ਪੀੜ੍ਹੀ ਆ ਖੇਡਾਂ ਪ੍ਰਤੀ ਉਹ ਰੁਚਿਤ ਹੋਣ ਔਰ ਵੱਡੇ ਹੋ ਕੇ ਪਿੰਡ ਦਾ ਪੰਜਾਬ ਦਾ ਨਾਂ ਰੋਸ਼ਨ ਕਰਨ ਔਰ ਖੇਡਾਂ ਵੱਲ ਵਧਣ। ਔਰ ਮੈਂ ਕਲੱਬ ਦਾ ਵੀ ਧੰਨਵਾਦ ਕਰਨਾ ਚਾਹੁੰਦਾ ਜੋ ਉਹਨਾਂ ਨੇ ਐਡੇ ਵੱਡੇ ਲੈਵਲ 'ਤੇ ਐਡੇ ਵਧੀਆ ਪ੍ਰਬੰਧ ਕੀਤੇ ਨੇ ਔਰ ਬਹੁਤ ਵਧੀਆ ਜਿਹੜਾ ਇਹ ਟੂਰਨਾਮੈਂਟ ਹੋ ਰਿਹਾ।